ਸਮੂਹ ਜੈਮ ਸੀ ਦੀ ਜੈਮ ਸੀ ਦੀ ਹਾਂਜੀ ਬਦਕਵਾਲ ਜੀ ਆਪਾਂ ਬਾਇਬਲ ਸਟੱਡੀ ਪਿੱਛੇ ਕਾਫੀ ਸਵਾਲ ਜੋ ਵਿਆਹੁਤਾ ਜੀਵਨ ਦੇ ਉੱਪਰ ਹਸਬੈਂਡ ਵਾਈਫ ਦੇ ਰਿਸ਼ਤਿਆਂ ਦੇ ਉੱਪਰ ਆਪਾਂ ਕੀਤੇ ਆ ਠੀਕ ਹੈ ਤੇ ਭਾਈ ਕਿੱਥੋਂ ਸ਼ੁਰੂ ਹੋਈ ਕਿੱਥੋਂ ਸ਼ੁਰੂ ਹੋਇਆ ਹਾਂਜੀ ਇਹ ਕਵਨੈਂਟ ਹੈ ਕੀ ਮਤਲਬ ਹੈ ਕਿਸ ਤਰ੍ਹਾਂ ਹੈ ਫਾਊਂਡੇਸ਼ਨ ਦਾ ਮਕਸਦ ਕੀ ਹੈ ਹੈ ਨਾ ਸਾਰੇ ਹੀ ਹਾਂਜੀ ਅਤੇ ਆਪਾਂ ਹੁਣ ਇੱਕ ਸਵਾਲ ਜੀ ਅੱਜ ਕੱਲ੍ਹ ਬਹੁਤ ਹੈ ਬੜੀ ਮਾੜੀ ਗੱਲ ਹੈ ਜਿਸ ਤਰ੍ਹਾਂ ਬਾਕੀ ਦੁਨੀਆ ਸੰਸਾਰੀ ਲੋਕਾਂ ਦੇ ਵਿੱਚ ਡਾਈਵੋਰਸ ਹੁੰਦੇ ਹੈਗੇ ਆ ਤਲਾਕ ਅੱਛਾ ਹਾਂਜੀ ਅਤੇ ਉਸੇ ਤਰ੍ਹਾਂ ਮਸੀਹਾਂ ਦੇ ਵਿੱਚ ਵੀ ਹਸਬੈਂਡ ਵਾਈਫ ਦੇ ਵਿੱਚ ਕਾਫੀ ਇਹ ਪ੍ਰੋਬਲਮ ਹੈ ਤਲਾਕ ਹੁੰਦੇ ਆ ਹਾਂਜੀ ਜੀ ਅਤੇ ਇਹਦੇ 'ਤੇ ਆਪਾਂ ਨੂੰ ਪਤਾ ਨਹੀਂ ਇੱਕ ਤੋਂ ਜ਼ਿਆਦਾ ਸਟੱਡੀਆਂ ਕਰਨੀਆਂ ਪੈਣ ਜੀ ਅਤੇ ਪਹਿਲਾਂ ਤਾਂ ਇਹ ਪੁੱਛਦੇ ਹੈਗੇ ਆ ਜੀ ਇਹ ਹੁੰਦੇ ਕਿਉਂ ਆ ਕਿ ਹਸਬੈਂਡ ਵਾਈਫ ਬਚਨ ਦੇ ਮੁਤਾਬਕ ਬਾਈਬਲ ਦੇ ਮੁਤਾਬਕ ਤਲਾਕ ਹੋ ਸਕਦੇ ਆ ਔਰ ਜੇ ਹੋ ਸਕਦੇ ਆ ਕਿਸ ਹਾਲਾਤ ਵਿੱਚ ਹੋ ਸਕਦੇ ਆ ਹਾਂਜੀ ਠੀਕ ਹੈ ਜੀ ਹਾਂਜੀ ਇਹ ਸਰ ਹਾਂ ਨਹੀਂ ਇਹ ਬੜਾ ਪਹਿਲਾਂ ਤਾਂ ਜੀ ਆਪਾਂ ਦੇਖ ਲੈਂਦੇ ਹਾਂ ਜੀ ਇਹ ਕਿ ਤੁਸੀਂ ਦੱਸੋ ਕਿਸ ਤਰ੍ਹਾਂ ਕਰਨੇ ਤੁਸੀਂ ਦੱਸੋ ਕਿਸ ਤਰ੍ਹਾਂ ਦੇਖੋ ਜੀ ਇਹ ਕਿਉਂਕਿ ਵਚਨ ਦੇ ਮੁਤਾਬਿਕ ਦੇਖਣਾ ਨਾ ਬਿਲਕੁਲ ਸਾਡੇ ਕੋਲ ਹੋਰ ਕੋਈ ਕ੍ਰਾਈਟੇਰੀਆ ਨਹੀਂ ਦੇਖੋ ਇਹਦੇ ਲਈ ਇਹ ਵਾਕਈ ਬੜੀ ਤਕਲੀਫ ਦੇ ਗੱਲ ਹੈ ਨਾ ਜਿਸ ਤਰ੍ਹਾਂ ਆਪਾਂ ਸਟੱਡੀਜ਼ ਵਿੱਚ ਵੇਖਿਆ ਕਿ ਉਹ ਕਿਹੜੀ ਧੀਮੀ ਹੈ ਜਿਹੜੀ ਪਤੀ ਦੇ ਲਈ ਉਹਦੀ ਹੱਡੀਆਂ ਲਈ ਸਾੜਾ ਇਹ ਜਦੋਂ ਇਹੋ ਜਿਹਾ ਮਾਹੌਲ ਹੋ ਜਾਂਦਾ ਨਾ ਅਤੇ ਫਿਰ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਨੇ ਕਿ ਲੇਕਿਨ ਬਾਈਬਲ ਇਹਦੇ ਬਾਰੇ 'ਚ ਕੀ ਕਹਿ ਰਹੀ ਹੈ ਡਾਈਵੋਰਸ ਦੇ ਬਾਰੇ 'ਚ ਪਰ ਜੀ ਪਤਨੀ ਪਤੀ ਦੇ ਲਈ ਸਾੜਾ ਹੀ ਨਹੀਂ ਪਤੀ ਵੀ ਗਲਤ ਹੁੰਦਾ ਆ ਇਹ ਹੀ ਹੈ ਦੋਵਾਂ ਦੀ ਗੱਲ ਦੋਨਾਂ ਦੀ ਹੈ ਦੋਵਾਂ ਦੀ ਹਾਂਜੀ ਹਾਂਜੀ ਅਤੇ ਚਲੋ ਇਹ ਗੱਲ ਤਾਂ ਡਾਈਵੋਰਸ ਦੀ ਹੈ ਨਾ ਸੋ ਬਾਈਬਲ ਦੇ ਵਿੱਚੋਂ ਮਲਾਕਾਈ ਜਾਂ ਮਲਾਕੀ ਹੈ ਨਾ ਉਹਦੀ 2:16 ਅਤੇ 17 ਆਇਤ ਪੜ੍ਹ ਦਿਓ ਕਿ ਭਾਈ ਬਾਈਬਲ ਦਾ ਗੋਡ ਜਿਹੜਾ ਹੈ ਉਹ ਤਲਾਕ ਦੇ ਬਾਰੇ 'ਚ ਕੀ ਕਹਿੰਦਾ ਬਿਲਕੁਲ ਹਾਂ ਹਾਂਜੀ ਪੜ੍ਹਦੇ ਹਾਂ ਜੀ ਮਲਾਕੀ ਇਹ ਹੈ ਜੀ ਪੁਰਾਣੇ ਨਿਯਮ ਦੀ ਆਖਰੀ ਕਿਤਾਬ ਹੈ ਉਸ ਤੋਂ ਬਾਅਦ ਫਿਰ ਮੱਤੀ ਦੀ ਇੰਜੀਲ ਸ਼ੁਰੂ ਹੋ ਜਾਂਦੀ ਹੈ ਜੀ ਅਤੇ ਇਸ ਵਿੱਚ 2:16-17 ਦੇ ਵਿੱਚ ਇਹ ਲਿਖਿਆ ਹੈਗਾ ਮਲਾਕੀ 2:16-17 ਜੀ ਹਾਂ ਇਹ ਤੁਸੀਂ ਕਿਹਾ ਨਾ ਹਾਂ ਹਾਂਜੀ ਉਸ ਵਿੱਚ ਲਿਖਿਆ ਹੈ ਕਿਉਂ ਜੋ ਯਹੋਵਾ ਇਜ਼ਰਾਇਲ ਦਾ ਪਰਮੇਸ਼ਰ ਆਖਦਾ ਹੈ ਤੈਨੂੰ ਤਿਆਗ ਪੱਤਰ ਤੋਂ ਘਿਣ ਆਉਂਦੀ ਹੈ ਤਲਾਕ ਪੱਤਰ ਹਾਂ ਕਿਉਂ ਜੋ ਯਹੋਵਾ ਇਜ਼ਰਾਇਲ ਦਾ ਪਰਮੇਸ਼ਰ ਆਖਦਾ ਹੈ ਮੈਨੂੰ ਤਿਆਗ ਪੱਤਰ ਤੋਂ ਘਿਣ ਆਉਂਦੀ ਹੈ ਹਾਂਜੀ ਮਤਲਬ ਡਾਈਵੋਰਸ ਤੋਂ ਤਿਆਗ ਪੱਤਰ ਘਿਣ ਆਉਂਦੀ ਹੈ ਘਿਣ ਆਉਂਦੀ ਹੈ ਹਾਂਜੀ ਅਤੇ ਉਹ ਤੋਂ ਜੋ ਆਪਣਾ ਵਸਤਰ ਜ਼ੁਲਮ ਨਾਲ ਢੱਕ ਲੈਂਦਾ ਹੈ ਸੈਨਾ ਦਾ ਯਹੋਵਾ ਆਖਦਾ ਹੈ ਤੁਸੀਂ ਆਪਣੀਆਂ ਆਤਮਾਵਾਂ ਵਿੱਚ ਖਬਰਦਾਰੀ ਕਰੋ ਅਤੇ ਬੇਪ੍ਰਤੀਤੀ ਨਾ ਕਰੋ 17 ਆਇਤ ਵਿੱਚ ਲਿਖਿਆ ਹੈ ਜੀ ਤੁਸੀਂ ਆਪਣੀਆਂ ਗੱਲਾਂ ਨਾਲ ਯਹੋਵਾ ਨੂੰ ਅਕਾ ਦਿੱਤਾ ਤਾਂ ਵੀ ਤੁਸੀਂ ਆਖਦੇ ਹੋ ਕਾਹਦੇ ਵਿੱਚ ਅਸਾਂ ਉਸਨੂੰ ਅਕਾ ਦਿੱਤਾ ਇਹ ਆਖਣ ਵਿੱਚ ਕਿ ਜਦ ਹਰੇਕ ਬੁਰਾਈ ਕਰਦਾ ਹੈ ਤਾਂ ਯਹੋਵਾ ਦੀ ਨਿਗਾਹ ਵਿੱਚ ਭਲਾ ਹੈ ਅਤੇ ਉਹ ਉਸ ਤੋਂ ਖੁਸ਼ ਹੈ ਜਾਂ ਫਿਰ ਇਹ ਇਨਸਾਫ਼ ਦਾ ਪਰਮੇਸ਼ੁਰ ਕਿੱਥੇ ਹੈ ਜੀ ਤੁਸੀਂ ਸੋ ਅਸਲ ਵਿੱਚ ਬਾਈਬਲ ਤਾਂ ਦੱਸ ਰਹੀ ਹੈ ਕਿ ਪਰਮੇਸ਼ੁਰ ਨੂੰ ਘਿਰਣਾ ਆਉਂਦੀ ਹੈ ਘਿਰਣਾ ਆਉਂਦੀ ਹੈ ਘਿਰਣਾ ਉਹ ਤਿਆਗ ਪੱਤਰ ਜਾਂ ਯਾਨੀ ਬੇਜ਼ਾਰ ਲਫ਼ਜ਼ ਹੈ ਉਹ ਬੇਜ਼ਾਰ ਹੋ ਜਾਂਦਾ ਯਾਰ ਇਹ ਕਿਹੜੀ ਗੱਲ ਹੈ ਕਿਉਂਕਿ ਅਸੀਂ ਦੇਖਿਆ ਸੀ ਕਿ ਇਹ ਕੰਮ ਬਾਗੇ ਅਦਨ ਦੇ ਵਿੱਚ ਇਹਦੀ ਸ਼ੁਰੂਆਤ ਹੀ ਖੁਦਾ ਨੇ ਕੀਤੀ ਅਤੇ ਜਿੱਥੇ ਖੁਦਾ ਆਉਂਦਾ ਉਹ ਕਵਨੈਂਟ ਹੈ ਇੱਕ ਨੇਮ ਬਣਿਆ ਜਾਂਦਾ ਜਿਸ ਤਰ੍ਹਾਂ ਪਰਮੇਸ਼ੁਰ ਦਾ ਕਵਨੈਂਟ ਜਾਂ ਅਹਿਦ ਜਾਂ ਨੇਮ ਨਹੀਂ ਟੁੱਟਦਾ ਪਰਮੇਸ਼ੁਰ ਦੀ ਨਿਗਾਹ 'ਤੇ ਇਹ ਹੀ ਗੱਲ ਜੇ ਜਿਹੜਾ ਫਿਰ ਤਲਾਕ ਦਾ ਨਾਂ ਜਿਹੜਾ ਹੈ
ਉਹਦੇ ਅੱਗੇ ਕੋਈ ਅੱਛੀ ਗੱਲ ਨਹੀਂ ਗੀ। ਹਾਂ, ਤਿਆਗ ਪੱਤਰ ਮਤਲਬ ਤਲਾਕ, ਹਾਂ ਤਿਆਗਣਾ ਤਿਆਗ, ਕਿਉਂਕਿ ਮਤੀ ਸੰਤ ਮਤੀ 19:6 ਦੇ ਪੜ੍ਹਦੇ ਹੋ ਕਿ ਪਰਮੇਸ਼ੁਰ ਇਹਦੇ ਬਾਰੇ 'ਚ ਕੀ ਕਹਿੰਦਾ ਕਿ ਭਾਈ ਅੱਡ ਅੱਡ ਨਹੀਂ ਹੋਣਾ, ਜੁਦਾ ਨਹੀਂ ਕਰਨਾ ਕਿਸੇ ਨੇ। ਹਾਂਜੀ ਹਾਂਜੀ ਹਾਂਜੀ, ਆਪਾਂ ਪੜ੍ਹਦੇ 19 ਮਤੀ ਦੀ ਅੰਜੀਲ 19:6 ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਸੋ ਹੁਣ ਉਹ ਦੋ ਨਹੀਂ ਬਲਕਿ ਇੱਕੋ ਸਰੀਰ ਹਨ, ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਜਿਹਨੂੰ ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ। ਹਾਂਜੀ, ਹੁਣ ਇੱਕ ਤਾਂ ਘਿਣਣਾ ਆਉਂਦੀ ਹੈ, ਦੂਜਾ ਉਹ ਕਹਿੰਦਾ ਜੋੜਿਆ ਮੈਂ ਵੇ ਕੋਈ ਮਨੁੱਖ ਜਿਹੜਾ ਹੈ, ਜ਼ਾਹਿਰ ਸ਼ੈਤਾਨ ਜਿਹੜਾ ਹੈ ਨਾ ਉਹ ਯੂਹੰਨਾ 10:10 ਦੇ ਮੁਤਾਬਿਕ ਆਉਂਦਾ ਤਬਾਹ ਕਰਨ, ਅੱਡ ਅੱਡ ਕਰਨ। ਸੋ ਸ਼ੈਤਾਨ ਵੀ ਬੰਦਿਆਂ ਨੂੰ ਯੂਜ਼ ਕਰਦਾ। ਸੋ ਇੱਕ ਬੜੀ ਵਾਰਨਿੰਗ ਦੇ ਦਿੱਤੀ ਗਈ ਹੈ ਕਿ ਜਿਹਨੂੰ ਮੀਆਂ ਬੀਵੀ ਜਿਹੜੇ ਨੇ, ਜਿਹੜੇ ਹੁਣ ਉਹ ਦੋ ਨਹੀਂ ਦੇ ਬਲਕਿ ਇੱਕ ਸਰੀਰ ਨੇ, ਹੈਂ ਅਤੇ ਜਿਹਨੂੰ ਮੈਂ ਜੋੜਿਆ ਉਹਨੂੰ ਕੋਈ ਮਨੁੱਖ ਆਦਮੀ ਜੁਦਾ ਨਾ ਕਰੇ। ਹਾਂਜੀ, ਠੀਕ ਹੈ। ਹਾਂਜੀ, ਇੱਥੇ ਸੋਰੀ ਇੱਕ ਜੀ ਦੱਸੋ ਤੇ ਬਾਅਦ 'ਚ ਪਰ ਇੱਥੇ ਲਿਖਿਆ ਵੀ ਜਿਸ ਨੂੰ ਮੈਂ ਜੋੜਿਆ ਉਸ ਨੂੰ ਜੁਦਾ ਨਾ ਕਰੇ। ਹਾਂ, ਕਈ ਵਾਰੀ ਇਨਸਾਨ ਸਮਾਂ ਪਾ ਕੇ ਇਹ ਹੀ ਸੋਚ ਲੈਂਦਾ ਵੀ ਮੈਂ ਹਸਬੈਂਡ ਵੀ ਸੋਚ ਸਕਦਾ ਆ ਜਾਂ ਪਤਨੀ ਵੀ ਸੋਚ ਸਕਦੀ ਆ ਵੀ ਮੈਂ ਇਹਦੇ ਨਾਲ ਵਿਆਹ ਕਰਾ ਕੇ ਮੈਂ ਗਲਤੀ ਕੀਤੀ ਆ। ਹਾਂਜੀ, ਇਹ ਮੇਰੀ ਜੋ ਚੋਇਸ ਸੀਗੀ ਉਹ ਗਲਤ ਸੀਗੀ, ਮੈਂ ਇਸ ਅਸਰ ਹੇਠ ਆ ਕੇ ਇਹ ਇਸ ਤਰ੍ਹਾਂ ਕਰ ਲਿਆ, ਉਹ ਗਲਤ ਹੋ ਗਿਆ। ਅਤੇ ਫਿਰ ਉੱਥੇ ਆਪਾਂ ਇਹ ਕਹਿੰਦੇ ਹੈਗੇ ਜੀ ਰੱਬ ਕਹਿੰਦਾ ਜਿਹਨੂੰ ਮੈਂ ਜੋੜਿਆ। ਹਾਂਜੀ, ਅਤੇ ਇਨਸਾਨ ਇਹੀ ਸੋਚ ਲੈਂਦਾ ਵੀ ਇਹ ਮੈਂ ਹੀ ਉਦੋਂ ਹਾਂ ਕੀਤੀ ਸੀ, ਮੈਂ ਹੀ ਇਹ ਫੈਸਲਾ ਕੀਤਾ ਸੀਗਾ, ਉਹ ਮੈਂ ਹੁਣ ਪਛਤਾਉਣਾ ਆ ਜਾਂ ਪਛਤਾਉਣੀ ਆ, ਮੈਂ ਹੁਣ ਇਹ ਤੋਂ ਅਲੱਗ ਹੋ ਜਾਵਾਂ ਤਾਂ ਚੰਗਾ ਆ, ਹੁਣ ਮੇਰੀ ਨਿਬੜੀ ਨਹੀਂ ਹੈਗੀ, ਹੈ ਨਾ। ਠੀਕ, ਪਰ ਜਦੋਂ ਵਿਆਹ ਹੁੰਦੇ ਆ ਆਪਾਂ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚ ਆਪਣੇ ਹਸਬੈਂਡ ਵਾਈਫ ਨੂੰ, ਤੁਸੀਂ ਥੋੜ੍ਹਾ ਇੱਥੇ ਐਕਸਪਲੇਨ ਕਰ। ਦੇਖੋ ਇਹ ਬੜਾ ਅੱਛਾ ਹੈ, ਪਹਿਲੇ ਤਲਾਕ 'ਤੇ ਵੇਖ ਲਈਏ, ਫਿਰ ਇਤਲਾਕ ਹੀ ਹੈ, ਲੇਕਿਨ ਫਿਰ ਅੱਗੇ ਇਹ ਬੜੇ ਅੱਛੇ ਦੋ 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 ਪੁਆਇੰਟ ਤੁਸੀਂ ਦੇ ਦਿੱਤੇ ਨੇ ਕਿ ਬਾਅਦ ਵਿੱਚ ਇੱਕ ਪਛਤਾਉਂਦਾ ਹੈ, ਦੋ ਹੀ ਪਛਤਾਉਂਦੇ ਜਾਂ ਕੁਛ ਨਹੀਂ, ਉਹਦਾ ਉਹਦੇ ਬਾਰੇ ਬਾਈਬਲ ਕੀ ਕਹਿ ਰਹੀ ਹੈ। ਇਹ ਬੜਾ ਵੈਸੇ ਅੱਛਾ ਕੀਤਾ ਤੁਸੀਂ, ਇੱਕ ਲੈਣ ਸਿੱਧੀ ਕਰ ਦਿੱਤੀ। ਅੱਛਾ, ਇਹ ਜਿਹੜਾ ਹੁਣ ਤਲਾਕ ਹੈ ਨਾ, ਪਹਿਲੇ ਤਾਂ ਇਹ ਦੇਖੀਏ ਵਚਨ ਦੇ ਮੁਤਾਬਿਕ ਇਹ ਬੜੀ ਤਕਲੀਫ ਦੇਵੇ, ਹੈ ਨਾ, ਅਤੇ ਇਹ ਗੈਰ ਰੂਹਾਨੀ ਹੈ ਭਾਈ, ਇਹ ਆਤਮਕ ਨਹੀਂ, ਰੂਹਾਨੀ ਨਹੀਂ ਹੈ, ਇਹ ਸ਼ੈਤਾਨੀ ਹੈ। ਇਹ ਜਿਹੜੀਆਂ ਗੱਲਾਂ ਕਰ ਰਹੇ ਬਾਈਬਲ ਦੱਸ ਰਹੀ ਹੈ, ਇਹ ਅਨਨੈਚੁਰਲ ਹੈ ਭਾਈ, ਹੋਣੀ ਨਹੀਂ ਚਾਹੀਦੀ। ਤਲਾਕ ਦੇਣਾ ਜਾਂ ਲੈਣਾ ਇਹ ਇੱਕ ਗੁਨਾਹ ਹੈ, ਪਾਪ ਹੈ। ਇਹਦਾ ਅਸਰ ਜਿਹੜਾ ਹੈ, ਪਹਿਲੇ ਤਾਂ ਇਹ ਵੇਖ ਲਈਏ ਇਹ ਚੀਜ਼ ਕੀ ਹੈ, ਇਹਦਾ ਅਸਰ ਜਿਹੜਾ ਹੈ ਉਹ ਘਰਾਣੇ ਯਾਨੀ ਬੱਚਿਆਂ ਉੱਤੇ, ਪਰਿਵਾਰ ਉੱਤੇ, ਅਤੇ ਲੋਕਾਂ ਉੱਤੇ, ਸਮਾਜ ਉੱਤੇ, ਕਲੀਸੀਆ ਉੱਤੇ ਬੜਾ ਹੀ ਬੁਰਾ ਹੁੰਦਾ ਹੈ, ਨੈਗੇਟਿਵ। ਤਲਾਕ ਦਾ ਮਤਲਬ ਇਹ ਹੋ ਗਿਆ ਕਿ ਪ੍ਰੇਮ ਅਤੇ ਮਾਫ਼ੀ ਦੀ ਕਮੀ, ਠੀਕ ਹੈ। ਹਾਂ, ਇਹ ਇਹ ਮਤਲਬ ਇਹ ਹੀ ਹੈ, ਯਾਨੀ ਤਲਾਕ ਦਾ ਮਤਲਬ ਕੀ ਹੈ, ਪ੍ਰੇਮ ਅਤੇ ਮਾਫ਼ੀ ਅਤੇ ਬਰਦਾਸ਼ਤ ਦੀ ਕਮੀ, ਠੀਕ ਹੈ। ਅਤੇ ਪਰਮੇਸ਼ੁਰ ਨੇ ਉਸ ਵੇਲੇ ਥੋੜ੍ਹਾ ਜਿਹਾ ਸੋਚ ਲਈਏ ਸਾਡੇ ਨਾਲ ਪ੍ਰੇਮ ਕੀਤਾ ਜੀ, ਜਦੋਂ ਅਸੀਂ ਗੁਨਾਹਾਂ 'ਚ ਲੱਤ ਪੱਤ ਸਾਂ ਨਾ, ਮਤਲਬ ਸਾਨੂੰ ਇਹ ਵੀ ਤਾਂ ਵੇਖਣਾ ਨਾ ਕਿ ਫਿਰ ਬਰਦਾਸ਼ਤ ਦੀ ਕਮੀ ਨਹੀਂ ਹੈ। ਅਤੇ ਉਹਨੇ ਕੋਈ ਗਲਤੀ ਤਾਂ ਨਹੀਂ ਸੀ ਕੀਤੀ ਕਿ ਇਕਬਾਲ ਨੂੰ ਜਿਹੜਾ ਪਾਪਾ ਨਾਲ ਭਰਿਆ ਲੱਤ ਪੱਤ ਇਹਨੂੰ ਮੈਂ ਲੈ ਰਿਹਾ, ਕੋਈ ਧੋਖਾ ਤਾਂ ਨਹੀਂ ਹੋਇਆ, ਉਹਨੂੰ ਪਤਾ ਸੀ। ਸੋ ਇਸ ਲਈ ਤਲਾਕ ਦੀ ਗੁੰਜਾਇਸ਼ ਨਹੀਂ ਗੀ, ਅਸੀਂ ਇਹ ਇਸ ਲਈ ਕਰ ਰਹੇ ਹਾਂ। ਬਾਈਬਲ ਦੇ ਮੁਤਾਬਿਕ ਜਦੋਂ ਤੱਕ ਪਤੀ ਅਤੇ ਪਤਨੀ ਜ਼ਿੰਦਾ ਨੇ ਤਲਾਕ ਨਹੀਂ ਹੋ ਸਕਦੀ, ਅਤੇ ਦੁਬਾਰਾ ਉਹਨਾਂ ਨੂੰ ਸ਼ਾਦੀ ਕਰਨ ਦੀ ਵੀ ਇਜਾਜ਼ਤ ਨਹੀਂ ਗੀ। ਹਾਂ, ਜਿਹੜੀ ਮੰਗਣੀ ਹੁੰਦੀ ਹੈ ਨਾ, ਇੰਗੇਜਮੈਂਟ, ਉਹਦੇ 'ਚ ਇੱਕ ਪੀਰੀਅਡ ਹੁੰਦਾ ਕਿ ਉਹ ਆਪਸ ਵਿੱਚ ਇੱਕ ਦੂਜੇ ਨੂੰ ਸਮਝ ਲੈਣ, ਹੈ ਨਾ, ਜਿਸ ਤਰੀਕੇ ਨਾਲ ਆਪਾਂ
ਕਹਾਵਤਾਂ 31 ਦੇ ਵਿੱਚ ਵੇਖਿਆ। ਸੋ ਬਾਅਦ ਕਦ ਨਹੀਂ ਵੀ ਹੁੰਦਾ, ਮਾਂ ਪਿਓ ਘਰ ਛੱਡਦੇ ਨੇ, ਨਹੀਂ ਪਤਾ ਹੁੰਦਾ। ਸੋ ਇਸ ਲਈ ਇਹ ਜਿਹੜੀ ਆਪਾਂ ਆਇਤ ਪੜ੍ਹ ਲਈ ਸੀ ਕਿ ਇਹ ਡਾਈਵੋਰਸ ਤੋਂ ਭਾਵੇਂ ਕੁਛ ਵੀ ਹੈ, ਅੱਗੇ ਚੱਲ ਕੇ ਦੇਖ ਲਾਂਗੇ, ਬੜਾ ਅੱਛੀ ਲਾਈਨ ਤੁਸੀਂ ਦਿੱਤੀ ਹੈ, ਅਤੇ ਉਹ ਪਰਮੇਸ਼ਵਰ ਨੂੰ ਕਹਿਣਾ ਦੀ ਇਹ ਤਾਂ ਪੱਕੀ ਗੱਲ ਹੋ ਰਹੀ ਹੈ, ਕਲਾਮ ਦੀ ਗੱਲ ਨੇ। ਸੋ ਬਾਈਬਲ ਦੇ ਮੁਤਾਬਿਕ ਦੋ ਲੋਕ ਜਿਹੜੇ ਨੇ, ਪਤੀ ਪਤਨੀ ਜਿਹੜੇ ਨੇ, ਉਹ ਨਹੀਂ ਬਣ ਰਹੀ, ਤੁਹਾਡਾ ਹੁਣ ਸਵਾਲ ਆ ਰਿਹਾ, ਅਤੇ ਉਹ ਸੈਪਰੇਸ਼ਨ ਹੈਗੀ ਹੈ, ਸੈਪਰੇਸ਼ਨ ਹੈਗੀ ਹੈ, ਤੁਸੀਂ ਤਲਾਕ ਨਹੀਂ ਦੇ ਸਕਦੇ, ਵੱਖਰੇ ਹੋ ਜਾਓ, ਸੈਪਰੇਸ਼ਨ ਮਤਲਬ ਇਕੱਠੇ ਨਾ ਰਹੋ, ਇਕੱਠੇ ਨਾ ਰਹੋ। ਕਿਉਂਕਿ ਦੇਖੋ ਨਾ, ਹੁਣ ਕੁਛ ਆਇਤਾਂ ਅਸੀਂ ਬਾਈਬਲ ਦੇ ਵਿੱਚ ਬਹੁਤ ਅੱਛਾ ਤੁਸੀਂ ਲੈਣ ਦੇ ਦਿੱਤੀ ਹੈ, ਅਤੇ ਫਿਰ ਦੇਖੋ ਪ੍ਰੋਵਰਬਸ ਚਲੋ, ਕਹਾਵਤਾਂ ਚਲੋ, ਇਮਸਾਲ ਚਲੋ, 21 ਦੀ 9 ਅਤੇ 19 ਆਇਤ, ਠੀਕ ਹੈ ਜੀ, ਹਾਂ, ਪ੍ਰੋਵਰਬਸ ਚੈਪਟਰ 21 9 ਐਂਡ 19, ਅਤੇ ਸੇਮ ਵਰਸ ਹੈਗੀ ਹੈ ਪ੍ਰੋਵਰਬਸ ਚੈਪਟਰ 25 ਦੀ 24, ਯਾਨੀ ਕਹਾਵਤਾਂ 25 ਦੀ 24। ਜੇ ਇਹ ਹਾਲਾਤ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਬਈ, ਹੈ ਨਾ, ਸੋ ਇਹ ਇਹਦੇ ਵਿੱਚ ਇਹ ਬਾਈਬਲ ਦੱਸ ਰਹੀ ਹੈ, ਇਲਾਜ ਵੀ ਤਾਂ ਹੈਗਾ ਨਾ, ਫਿਰ ਉਹ ਅਲੱਗ ਹੋ ਜਾਣ, ਤਲਾਕ ਨਹੀਂ ਜੀ, ਸੈਪਰੇਸ਼ਨ ਨਹੀਂ ਕਹਿੰਦੇ ਕਿ ਕੀ ਕਹਿਣਾ, ਅਲੱਗ ਹੋ ਜਾਂਦਾ। ਅੱਛਾ ਚਲੋ, ਇੱਕ ਆਇਤ ਜਿਹੜੀ ਪਹਿਲੀ ਸੀਗੀ ਜੀ ਮਲਾਕੀ, ਜਿਹਦੇ ਵਿੱਚ ਲਿਖਿਆ ਸੀਗਾ ਮੈਨੂੰ 16:17, ਮਲਾਕੀ ਦੀ 16:17, ਇੱਕ ਵਾਰੀ ਉੱਥੋਂ ਮੈਂ ਹੋਰ, ਹਾਂਜੀ ਠੀਕ ਹੈ, ਉਹਦੇ ਵਿੱਚ ਜੋ ਕਿ ਤੁਸੀਂ ਕਿਹਾ 2:16-17, ਹਾਂ ਤਿਆਗ ਪੱਤਰ, ਮਤਲਬ ਇਹ ਤਿਆਗ ਪੱਤਰ ਲਿਖ ਕੇ ਤਿਆਗ ਲੈਣਾ, ਹਾਂ ਸੈਪਰੇਸ਼ਨ ਜੀ ਜੀ, ਉਦਾਂ ਹੀ ਅਲੱਗ ਹੋ ਜਾਣਾ, ਪਰ ਲਿਖ ਕੇ ਕਹਿ ਦੇਣਾ ਮੈਂ ਹੁਣ ਅਲੱਗ ਹੋ ਗਿਆ, ਤਿਆਗ ਦਿੱਤਾ ਇੱਕ ਦੂਜੇ, ਇਹ ਉਹ ਇੱਥੇ ਡਾਈਵੋਰਸ ਸਰਟੀਫਿਕੇਟ ਸਮਝ ਲਓ ਹੋ ਗਿਆ, ਹੈ ਨਾ, ਇਹ ਵੇ ਇਹ ਨਹੀਂ ਕਰਨਾ, ਇਹ ਨਹੀਂ ਕਰਨਾ, ਉਹ ਕਹਿੰਦਾ ਮੈਨੂੰ ਘਿਰਨਾ ਆ ਉਹ ਤੋਂ, ਬਸ ਆ ਗਈ ਨਾ, ਹਾਂਜੀ ਬਹੁਤ ਅੱਛਾ, ਅਤੇ ਤੁਸੀਂ ਕਹਿ ਰਹੇ ਸੀ ਕਿ ਸੈਪਰੇਸ਼ਨ ਇਹੋ ਜਿਹੇ ਹਾਲਾਤ ਹੋ ਜਾਣ ਅਤੇ ਇਹ ਅਲੱਗ ਹੋ ਜਾਣ, ਵਚਨ ਦੱਸ ਰਿਹਾ ਨਾ, ਚਾਹੁੰਦਾ ਸੀਗਾ ਅਲੱਗ ਹੋ ਜਾਣ ਅਤੇ ਉੱਧਰ ਤਿਆਗ ਪੱਤਰ, ਤਿਆਗ ਪੱਤਰ ਨਾ ਉਹ ਤਾਂ ਫਿਰ ਹੋ ਗਿਆ ਨਾ ਕਿ ਬਈ ਕੋਰਟ 'ਚ ਜਾਓ, ਜੱਜ ਡਿਗਰੀ ਦਿੰਦਾ, ਇੱਕ ਤਰਫਾ ਦੇ ਦਿੰਦੀ ਹੈ, ਤਲਾਕ ਹੋ ਜਾਂਦੀ ਹੈ, ਲੇਕਿਨ ਇਹ ਵੀ ਬੜਾ ਅੱਛਾ ਹੈ ਅਤੇ ਇਹ ਇਹਨੂੰ ਜ਼ਰੂਰ ਦੇਖਦੇ ਹਾਂ, ਅਤੇ ਇਹ ਦੇਖੋ ਤੁਸੀਂ ਇਹਨੂੰ ਪੜ੍ਹ ਦਿਓ ਕਿ ਕੀ ਬਾਈਬਲ ਕਹਿ ਰਹੀ ਹੈ ਜਦੋਂ ਇਹੋ ਜਿਹੀ ਪੋਜੀਸ਼ਨ ਆ ਜਾਏ। ਨੰਬਰ ਇੱਕ ਸਵਾਲ ਜਿਹੜਾ ਤੁਸੀਂ ਕੀਤਾ, 21:19-19 ਆਇਤ ਪੜ੍ਹ ਦਿਓ, ਫਿਰ ਇਹਦੇ 'ਤੇ ਦੇਖ ਲਿਓ। ਹਾਂਜੀ, ਆਪਾਂ ਪੜ੍ਹਦੇ ਹਾਂ ਜੀ ਪ੍ਰੋਵਰਬਸ ਕਹਾਵਤਾਂ 21:21-9, ਉਸ ਵਿੱਚ ਇਸ ਤਰ੍ਹਾਂ ਲਿਖਿਆ ਹੈਗਾ, ਝਗੜਾਲੂ ਤੀਵੀਂ ਦੇ ਨਾਲ ਖੁੱਲ੍ਹੇ ਡੁੱਲੇ ਘਰ ਵਿੱਚ ਹੱਸਣ ਨਾਲੋਂ ਛੱਤ ਉੱਤੇ ਇੱਕ ਨੁੱਕਰ ਵਿੱਚ ਰਹਿਣਾ ਹੀ ਚੰਗਾ ਹੈ। ਹਾਂਜੀ, ਝਗੜਾਲੂ ਤੀਵੀਂ ਨਾਲ ਘਰ ਵਿੱਚ ਵਸਣ ਨਾਲੋਂ ਛੱਤ ਹੁਣ ਹੋ ਜੇ ਗਈ, ਪਤਾ ਹੀ ਨਹੀਂ ਸੀ, ਮਤਲਬ ਕਿ ਉਹਦੇ ਨਾਲ ਵੱਖਰੇ ਛੱਤ ਦੇ ਉੱਪਰ ਰਹਿ ਲਓ, ਇਹ ਕਹਿ ਰਿਹਾ ਤਲਾਕ ਨਹੀਂ ਦੇਣੀ, ਤਲਾਕ ਅੱਗੇ ਆਏ ਉਹ ਵੱਖਰੇ ਥੋੜ੍ਹਾ ਰਹਿਣਾ, ਉਹ ਅੱਛਾ ਕੁਐਸਚਨ ਕੀਤਾ ਜੀ। ਸੋਰੀ, ਅਗਲਾ ਹੈ ਝਗੜਾਲੂ ਅਤੇ ਝੱਲੀ ਤੀਵੀਂ ਦੇ ਕੋਲ ਰਹਿਣ ਨਾਲੋਂ ਉਜਾੜ ਦੇਸ਼ ਵਿੱਚ ਵਸਣਾ ਚੰਗਾ ਹੈ, ਪਰ ਤਲਾਕ ਨਹੀਂ ਜੀ ਅੱਗੇ, ਠੀਕ ਹੈ, ਹਾਂ। ਸੋ 25:24 ਵੀ ਇਹੀ ਕਹਿਣ ਦੀ ਹੈ, ਓਕੇ ਜੀ, ਅੱਛਾ ਚਲੋ। ਪ੍ਰੋਵਰਬਸ ਕਹਾਵਤਾਂ 25:24 ਵਿੱਚ ਇਸ ਤਰ੍ਹਾਂ ਲਿਖਿਆ ਹੈ, ਝਗੜਾਲੂ ਤੀਵੀ ਨਾਲੋਂ ਖੁੱਲ੍ਹੇ ਡੁੱਲੇ ਘਰ ਵਿੱਚ ਵਸਣ ਨਾਲੋਂ ਛੱਤ ਦੀ ਨੁੱਕਰ ਉੱਤੇ ਰਹਿਣਾ, ਹਾਂਜੀ ਹਾਂਜੀ। ਅੱਛਾ, ਹੁਣ ਗੱਲ ਕੀ ਹੋ ਗਈ ਕਈ ਉਹ ਲੋਕ ਹੈ ਜਿਨ੍ਹਾਂ ਦੇ ਪਤੀ ਅਤੇ ਪਤਨੀ ਜ਼ਿੰਦਾ ਨੇ, ਉਹ ਤਲਾਕ ਨਹੀਂ ਦੇ ਸਕਦੇ ਜੇ ਦੋਵੇਂ ਜ਼ਿੰਦਾ ਨੇ, ਭਾਈ ਇਹ ਨਹੀਂ ਕਰ ਸਕਦੇ ਕਿ ਇੱਕ ਨੇ ਤਲਾਕ ਦੇ ਦਿੱਤੀ ਹੈ ਅਤੇ ਉਹਨੇ ਵਿਆਹ ਕਰ ਲਿਆ ਅਤੇ ਦੂਜਾ ਪਾਰਟਨਰ ਕਹੇ, ਸਪਾਊਸ ਕਹੇ ਕਿ ਜੀ ਹੁਣ ਉਹਨੇ ਤਾਂ ਕਰ ਲਿਆ, ਮੈਂ ਵੀ ਕਰ ਲਾਂ, ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਦੋਵੇਂ ਜ਼ਿੰਦਾ ਨੇ, ਇਹ ਕਵਨੈਂਟ ਹੈ, ਇਹ ਕਵਨੈਂਟ ਨਹੀਂ ਟੁੱਟਦਾ। ਅੱਛਾ, ਅਤੇ ਜੇ ਉਹ ਦੁਬਾਰਾ ਸ਼ਾਦੀ ਕਰ ਲੈਂਦੇ ਨੇ, ਗੱਲ ਵਚਨ ਦੀ ਕਰ ਰਹੇ ਹਾਂ, ਜੇ ਕਸੂਰ ਦੀ ਗੱਲ ਭਾਵੇਂ ਬੰਦੇ ਦੀ ਹੈ, ਜਨਾਨੀ ਦੀ ਹੈ, ਸੋਰੀ ਪਤੀ ਦੀ ਹੈ ਜਾਂ ਪਤਨੀ ਦੀ ਹੈ, ਕਸੂਰ ਦੋਵਾਂ 'ਚ ਕਿਸੇ ਦਾ ਵੀ ਹੈ,
ਅਤੇ ਜੇ ਇੱਕ ਡਾਈਵੋਰਸ ਲੈ ਲੈਂਦਾ, ਇਸ ਲਈ ਅਸਾਂ ਕਿਹਾ ਸੀ ਡਾਈਵੋਰਸ ਦੇਣਾ ਅਤੇ ਲੈਣਾ। ਅਗਰ ਇਹ ਕਹਿ ਰਿਹਾ ਜੀ ਕਿ ਮੈਨੂੰ ਡਾਈਵੋਰਸ ਦੇ ਸਾਈਨ ਕਰ ਦਿਉ, ਤੁਸੀਂ ਕਰ ਦਿਉ, ਉਹ ਨਾ ਕਰੇ, ਉਹ ਇਸ ਦੇ ਵਿੱਚ ਨਾ ਆਏ। ਅਤੇ ਜੇ ਡਾਈਵੋਰਸ ਹੋ ਜਾਂਦੀ ਹੈ ਤਾਂ ਦੋਵੇਂ ਵਿਆਹ ਕਰ ਲੈਂਦੇ ਨੇ, ਇਹ ਵਿਵਚਾਰੀ ਜੇ ਕਲਾਮ ਦੇ ਮੁਤਾਬਿਕ। ਹਾਂਜੀ ਜੀ, ਵਿਵਚਾਰੀ ਯਾਨੀ ਗੁਨਾਹ ਵੇ ਹਰਾਮਕਾਰੀ ਹੈ ਜੀ। ਸਰ ਇੱਕ ਵਾਰ ਫਿਰ ਦੱਸਿਓ ਮੇਰਾ। ਅੱਛਾ, ਹਾਂਜੀ, ਮਸਲਨ ਦੋਵੇਂ ਜ਼ਿੰਦਾ ਨੇ, ਉਹਨਾਂ ਕਿਸੇ ਤਰੀਕੇ ਨਾਲ ਤਲਾਕ ਲੈ ਲਈ, ਖੁਦਾ ਦੇ ਨਜ਼ਦੀਕ ਉਹ ਤਲਾਕ ਨਹੀਂ ਗੀ, ਉਹਦੀ ਨਜ਼ਰ 'ਚ ਉਹ ਹੁਣ ਵੀ ਮੀਆਂ ਬੀਵੀ ਨੇ। ਜੇ ਉਹ ਤਲਾਕ ਲੈ ਕੇ ਬੰਦਾ ਵਿਆਹ ਕਰ ਲੈਂਦਾ ਜਾਂ ਲੇਡੀ ਵਿਆਹ ਕਰ ਲੈਂਦੀ ਹੈ ਔਰਤ, ਤਾਂ ਉਹ ਕਰ ਹੀ ਨਹੀਂ ਸਕਦੇ, ਕਰ ਹੀ ਨਹੀਂ ਸਕਦੇ, ਇਸ ਲਈ ਤਲਾਕ। ਅੱਛਾ, ਹੁਣ ਇਹ ਅੱਗੇ ਚੱਲਣੇ ਆ, ਸੋ ਲਿਹਾਜ਼ਾ ਸੈਪਰੇਸ਼ਨ ਕਰ ਲਓ, ਤਲਾਕ ਨਹੀਂ ਕਰਨੀ। ਅਤੇ ਜੇ ਕਰ ਲਈਏ ਤਾਂ ਲੂਕਾ 16:18 'ਤੇ ਪੜ੍ਹ ਦਿਓ, ਖੁਦਾਵੰਦ ਯਿਸੂ ਮਸੀਹ ਨੇ ਇਹਦੇ ਬਾਰੇ 'ਚ ਕੀ ਕਿਹਾ। ਹਾਂ, ਅਗਰ ਉਹ ਕਰ ਲੈਂਦੇ ਨੇ, ਦੋਵੇਂ ਕਹਿੰਦੇ ਨੇ ਜੀ ਸਾਡੀ ਨਹੀਂ ਸੀ ਬਣਦੀ, ਉਹ ਕਿਸੇ ਨਾਲ ਕਰ ਲੈਂਦਾ, ਕਿਸੇ ਨਾਲ ਕਰ ਲੈਂਦੀ ਹੈ, ਇੱਕ ਇੱਕ ਦਿਨ ਵਿਚਾਰੀ ਦਾ ਖੁਦਾ ਦੀ ਨਿਗਾਹ 'ਚ ਗਿਣਿਆ ਜਾਂਦਾ। ਹਾਂ, ਉਹ ਪੇ ਕਹਿਣ ਅਸੀਂ ਬੜੇ ਖੁਸ਼ ਹਾਂ, ਇਹ ਕਵਨੈਂਟ ਹੈ। ਚਲੋ ਦੇਖ ਲਓ, ਲੂਕਾ 16:18, ਲੂਕਾ 16:18, ਹਾਂ, ਇਹਦਾ ਜਵਾਬ ਇੱਥੇ ਸਾਨੂੰ ਲੱਭ ਜਾਏਗਾ। ਬੜੇ ਉਹਦੇ ਨਾਲ ਪੜ੍ਹ ਦਿਓ। ਹਾਂਜੀ, ਹੁਣ ਇਸ 16:18 ਲੂਕ ਮੁਕੱਦਸ ਲੂਕਾ 16:18। ਦੇਖੋ ਜੀ, ਅਸੀਂ ਹੁਣ ਜਿਸ ਤਰ੍ਹਾਂ ਦਾ ਪ੍ਰੋਬਲਮ ਆ ਰਿਹਾ, ਜਿਸ ਤਰ੍ਹਾਂ ਕੁਐਸਚਨ ਹੋਇਆ, ਉਹਦੇ ਮੁਤਾਬਿਕ ਹੀ ਅਸੀਂ ਦੇਖੀਏ ਕਿ ਉਹ ਤਲਾਕ ਹੋ ਜਾਂਦੀ ਹੈ ਅਤੇ ਆਇਆ ਉਹਨਾਂ ਦੇ ਵਿਆਹ ਦੁਬਾਰਾ ਹੋ ਸਕਦੇ ਨੇ। ਹਾਂਜੀ, ਠੀਕ ਹੈ, ਇੱਕ ਬਹੁਤ ਵੱਡਾ ਕੁਐਸਚਨ ਹੈ। ਹਾਂਜੀ, ਲੂਕਾ 16:18 ਦੇ ਵਿੱਚ ਇਸ ਤਰ੍ਹਾਂ ਲਿਖਿਆ ਜੀ, ਹਰੇਕ ਜੋ ਆਪਣੀ ਤੀਵੀ ਨੂੰ ਤਿਆਗ ਕੇ ਦੂਈ ਨੂੰ ਵਿਆਹੇ ਸੋ ਜਨਾਹ ਕਰਦਾ ਹੈ, ਅਤੇ ਜਿਹੜਾ ਖਸਮ ਦੀ ਤਿਆਗੀ ਹੋਈ ਤੀਵੀ ਨੂੰ ਵਿਆਹੇ ਉਹ ਜਨਾਹ ਕਰਦਾ ਹੈ। ਲੈ, ਦੋਨੇ ਪਾਸੇ, ਦੋਨਾਂ ਪਾਸੇ ਇਹ ਡਕਾ ਪੈ ਗਿਆ ਕਿ ਨਹੀਂ ਪੈ ਗਿਆ? ਹਾਂ, ਹੈ, ਹਾਂਜੀ, ਇਹਨੂੰ ਥੋੜ੍ਹਾ ਜਿਹਾ ਸਮਝਾ ਦਿਓ। ਸ਼ਾਇਦ ਹਰੇਕ ਜੋ ਆਪਣੀ ਤੀਵੀ ਨੂੰ ਤਿਆਗ ਕੇ ਦੂਈ ਨੂੰ, ਮਤਲਬ ਡਾਈਵੋਰਸ ਦੇ ਦਿੰਦਾ ਦੂਜੀ ਨਾਲ ਕਰਦਾ, ਜਿੰਨਾ ਉਹ ਬੰਦਾ ਜਨਾਹ ਕਰਦਾ ਹੈ। ਹਾਂ, ਜਨਾਹ ਕਰਦਾ, ਵਿਚਾਰੀ ਕਰਦਾ। ਹਾਂਜੀ, ਅਤੇ ਜਿਹੜਾ ਖਸਮ ਦੀ ਤਿਆਗੀ ਹੋਈ ਨੂੰ, ਜਿਹੜੀ ਤੀਵੀਂ ਜਿਹਨੂੰ ਛੱਡ ਦਿੱਤਾ, ਤੇ ਜੇ ਉਹ ਵੀ ਵਿਆਹ ਕਰਨਾ ਚਾਹੇ, ਉਹ ਜਿਹੜਾ ਉਹਦੇ ਨਾਲ ਵਿਆਹ ਕਰਾਉਂਦਾ ਆ, ਉਹ ਵੀ ਜਨਾਹ ਕਰਦਾ। ਹਾਂਜੀ, ਹਾਂਜੀ, ਮਤਲਬ ਹੈਗਾ ਜੇ ਉਹਨੇ ਛੱਡ ਦਿੱਤਾ ਤੇ ਉਹ ਤੀਵੀਂ ਨੂੰ, ਉਹ ਕੋਈ ਵੀ ਉਹਦੇ ਨਾਲ ਵਿਆਹ ਨਾ ਕਰਾਉਂਦਾ। ਇਸ ਲਈ ਸੈਪਰੇਸ਼ਨ ਜਦੋਂ ਹੋ ਜਾਂਦੀ ਹੈ ਨਾ, ਵਿੱਚ ਵਿਚੋਲੇ ਪੈ ਕੇ ਉਹਨਾਂ ਨੂੰ ਜੋੜ ਸਕਦੇ ਨੇ, ਲੇਕਿਨ ਡਾਈਵੋਰਸ ਹੋ ਜਾਏ ਫਿਰ ਇੱਕ ਮਸਲਾ ਹੈ ਨਾ। ਸੋ ਇਹ ਬਾਈਬਲ ਦੀ ਗੱਲ ਹੈ। ਸੋ ਬਾਈਬਲ ਦੇ ਜਿਹੜੀ ਤਾਲੀਮ ਦੇ ਮੁਤਾਬਿਕ ਇਹ ਜਿਹੜੀ ਡਾਈਵੋਰਸ ਹੈ, ਇਹ ਖੁਦਾ ਦੀ ਫੇਵਰ ਹਟ ਜਾਂਦੀ ਹੈ, ਖੁਦਾ ਦੀ ਫੇਵਰ ਤੋਂ ਬਾਹਰ ਹੋ ਜਾਂਦੇ ਨੇ। ਉਹ ਬਹੁਤ ਕੁਝ ਹੁੰਦਿਆਂ ਹੋਇਆਂ ਵੀ ਬਾਈਬਲ ਦੱਸਦੀ ਹੈ ਕਿ ਕੁਛ ਨਹੀਂ ਹੁੰਦੇ, ਹੈਂ, ਕਿਉਂ ਜੇ ਉਹਨਾਂ ਨੇ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਨਹੀਂ ਕੀਤੀ, ਅਤੇ ਕਿਉਂਕਿ ਉਹਨਾਂ ਗਲਤ ਫੈਸਲੇ ਕਰ ਲਏ ਨੇ, ਫੈਸਲੇ ਗਲਤ ਕਰ ਲਏ ਨੇ ਜਿਹੜੇ ਵਚਨ ਦੇ ਮੁਤਾਬਿਕ ਨਹੀਂ। ਅਤੇ ਕੁਝ ਹੋਰ ਆਇਤਾਂ ਆਪਾਂ ਇਹਦੇ ਬਾਰੇ 'ਚ ਪੜ੍ਹਨਾਗੇ। ਦੇਖੋ ਨਾ, ਤੁਸੀਂ ਕਰ ਲਓ ਮਰਕਸ 10:10-12 ਦੇ ਵਿੱਚ, ਇਹ ਫਿਰ ਇੱਕ ਵਾਰਨਿੰਗ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੇ ਡਾਈਵੋਰਸ ਜਿਹੜੇ ਸੋਚਣ ਡੇ ਨੇ ਨਾ, ਉਹਨਾਂ ਨੂੰ ਪਹਿਲੇ ਇਹ ਪਹਿਲੇ ਪਤਾ ਹੋਵੇ, ਅਤੇ ਫਿਰ ਉਹ ਹਾਂ ਸੈਪਰੇਸ਼ਨ ਕਰ ਲਓ ਭਾਈ। ਲੇਕਿਨ ਜਿੰਨੀ ਦੇਰ ਤੱਕ ਦੋਵੇਂ ਜ਼ਿੰਦਾ ਨੇ, ਵਿਆਹ ਨਹੀਂ ਜੇ ਕਰ ਸਕਦੇ। ਹਾਂਜੀ, ਇਹ ਜੀ ਜਿਹੜੇ ਮਸੀਹੀ ਭੈਣ ਭਰਾ ਯਿਸੂ ਮਸੀਹ ਨੂੰ ਪਿਆਰ ਕਰਦੇ ਆ, ਯਹੋਵਾ ਪਰਮੇਸ਼ਰ ਨੂੰ ਪਿਆਰ ਕਰਦੇ ਆ ਔਰ ਉਸਦੇ ਹੁਕਮਾਂ 'ਤੇ ਚੱਲਣਾ ਚਾਹੁੰਦੇ ਆ, ਅਤੇ ਉਹਨਾਂ ਦਾ ਫਰਜ਼ ਬਣਦਾ ਪਰਮੇਸ਼ਰ ਦੇ ਡਰ ਦੇ ਅੰਦਰ ਰਹਿ ਕੇ ਉਸਦੇ ਵਚਨ ਦੀ ਆਗਿਆ ਦਾ ਪਾਲਣ ਕਰਨ, ਹਾਂਜੀ, ਅਤੇ ਆਪਣੀ ਮਨਮਰਜ਼ੀ ਦੇ ਨਾਲ ਨਹੀਂ, ਵਚਨ ਦੀ, ਇਸ ਦੇ ਵਿੱਚੋਂ ਆਪਾਂ ਦੇਖ ਰਹੇ ਹੈਗੇ ਹਾਂ। ਅਤੇ ਖਾਸ ਤੌਰ 'ਤੇ ਮਸੀਹਾਂ ਭੈਣ ਭਰਾ ਜੋ ਤੁਸੀਂ ਦੇਖ ਰਹੇ ਹੋ,
अपनी थोड़ी परिवारक मुश्किलां परेशानियां डिवोर्स सोच रहे हो किस तरह करिए की करिए ते वचन जो थानू दस रहा हैगा अज आपां उसनू ध्यान नाल सोचना समझना पढ़ना हाँ जी कोई इस तो पहला कि तुसी कोई भी इहो जिहा कदम स्टैप कदम चुको हाँ जी आपां पढ़दे हां जी मरकस दस दी दस तों मतलब होर जगह भी देख ली हाँ तो हाँ जी लिखा है जी फिर घर विच चेलिया ने इस गल दे वेखे फिर तो उसनू पुछया अच्छा पहली दस पहली नौ आयतां च वो फरीसी आ गए मैं टाइम बचाने लिए इसलिए कह रहा वो आण के प्रभु यीशु नूं कहंदे तू तलाक दे बारे च की कहना है उन्हें कहा शुरू ते इंज नहीं सी जिन्हों रब ने जोड़िया उन्हों कोई बंदा जुदा ना करे उन्हें कहा मूसा ने सानू इजाजत दी उन्हें कहा शुरू च इंज नहीं सी चूंकि तुहाडी दिलां दी सख्ती दी वजह नाल उन्हें तुहानू दे दित्ती होनी है तो वचन ही ते मतलब उस हिसाब नाल नहीं गा सो एनीवे हुण ये देखो कि प्रभु यीशु मसीह चेले आए तो वह कह लगे यीशु जी इहदा मतलब ब्याह करना ही नहीं चाहिए है ये जे डाइवोर्स हो जाता है फिर जदों घर आए तो प्रभु यीशु ने उन्होंने की दस रहा जरा पढ़ दे मरकस दस दी दस तो बारह हाँ मरकस दस दस तो बारह लिखा फिर घर विच चेलिया ने इस गल दे वेखे फिर उसनू पुछया ता उसने उन्हां नू आख्या जो कोई अपनी तीवी नू त्याग देवे अते दूई नाल विआह करे वो उस दे विरुद्ध जनाह करदा है ठीक है अते हाँ जी अते जे वो अपने अपने प्रथा नू त्याग के दूई नाल ब्याह करे ता ओ जनाह करता है ब्याहता नू अच्छा हाँ जी हाँ क्लियर है बिल्कुल जी मतलब यीशु कह रहे हैं हाँ सो देखो जी क्योंकि परमेश्वर की नगाह विच ओ पहली पत्नी ही पत्नी है पत्नी रही जिन्नी देर दो जिंदा ने उस पत्नी तो बिना किसी होर दे नाल ओ जदों सौंदा आ ता ओ जिहड़ा जां ब्याह करदा ओ रब की नगाह च ओ ब्याह मंजूर नहीं हैगा जद मंजूर नहीं हैगा तो जो सौदा तो जनाब बेचारी आ गई तो इनकी औरत बली बिल्कुल अच्छा हूँ इस तो फर्क नहीं पै रहा कि जी मैं की कह रहा या जसविंदर विर्क साहब की कह रहे हैं या पास्टर जी के कहते हैं या बिशप साहब की कह रहे हैं या पोप साहब की कह रहे फर्क इस तो पैदा है कि बाइबल का त्रिएक परमेश्वर जड़ा वो की कह रहा वह वचन की कह रहा सो जदों साढ़े चर्चिज़ दे रूल देखो हर चर्च किसी को कहो तो कहेगा नहीं जी डाइवोर्स नहीं हो सकती फिर भी वो जेडे डाइवोर्स करके आते उन्होंने का विआह करते हैं सो जदों साढ़े चर्चिज़ दे रूल्स वचन दे मुताबिक नहीं होंगे तो ये ऐसी पाप दे विच जिंदगी गुजार रहे होंगे ठीक है तो जिंज लूका 16:18 च वेख लिया सी ना कि कोई अपनी पत्नी नू छड़ के जे दूजे ना ब्याह करे तो वह जनाह करता है तो जेड़ा छड़ी हुई है खसम दी छड़ी हुई पत्नी नाल ब्याह करता है या वो कर दी है वह भी जनाह करता है सो हुण गल ये होगी इहदे विच कोई शर्त नहीं कि आ हो जाए या वो हो जाए जदों ब्याह हो जाए या विचारी भी हो जाए पाप भी इस तरीके नाल अगर वो हो जाता है तो पति नहीं छड़ना चाहिए पत्नी तो पत्नी भी नहीं छड़ना चाहिए पति एक सिंपली प्रभु यीशु मसीह ने जड़ा अपनी बीवी तलाक देने लिए भी कुछ किया है वो के वो हैगा एक के जे जे पत्नी व्यवचारी च फड़ी जाए है तो उन्हों तुसी तलाक दे सकते मतलब की हो गया कि इहदा मतलब ये वे कि इत्थे फिर की मतलब की हो गया ये मतलब यही हो गया कि मती 19 दी 9 दे वेच एक शर्त प्रभु यीशु ने दसी है वो जरा पढ़ दे कि फिर कई कहंदे जी फिर यीशु ने ते तलाक नू कहा दियो हाँ जी मती 9 जी 19 19 दी 9 ओ सॉरी 19 मैथ्यू चैप्टर 19 वर्स 9 दे वेच एक
शर्त दे दी गई है भाई ये नाल तुसी तलाक दे सकते। लेकिन गल ये होगी तलाक तो दे दी फिर भी विआह तो नहीं ना कर सकते, इसलिए तलाक देनी नहीं। जो इस हालत दे विच तलाक दे सकते हैं तो फिर बाद विच भी विआह नहीं कर सकते, पिछलियां आयतें चाहिए। हाँ जी चलो तुसी इनू पढ़ लो। ओके हाँ 19:9 Matthew 19:9 पढ़ना पढ़ते देखते हैं जी। पर मैं थानू आखदा हाँ जे कोई अपनी तीवी नूं बिना हरामकारी दे किसी होर कारण नूं त्याग देवे तां दूई नाल विआह करे सो जनाह करदा है। ठीक है हाँ तलाक फिर पढ़ दिओ करे हाँ हाँ ये जड़ी आयत सी तुहानूं दसी हाँ 19:9 Matthew 19:9 च लिखा है पर मैं थानू आखदा हाँ कि जे कोई अपनी तीवी नू बिना हरामकारी दे किसे होर कारण तो त्याग देवे तां दूई नाल ब्याह करे सो जनाह करदा है। अच्छा हुण खुदा यीशु मसीह को लेक औरत जड़ी व्यभिचारी च फड़ी गई सी वो Matthew 17:8-10 वेच सी ठीक है टाइम नू बचा ली वो जदों आई ना ते उन्हें क्या हुण दस वी फैसला कर इनू ते मारना चाहिए पत्थरां नाल ते खुदावंद दे यीशु मसीह जमीन ते लिख रहे सन नहीं पता की लिख रहे सन लेकिन लेवियां दे वेच ये असूल सी यहूदियां नू वो भुल गए सन खाली औरत नू लै के आए सन जिहड़ा उहदे नाल जना करन डिया सी गुनाह कर रहा सी उहनू नहीं लियांदा ते उत्थे की लिखिया दा वेखो ना फिर गल ते 12:10 लेवियां किन्नी थी लेवियां 20:10 लिविटिकस 12:20-10 हाँ जी पढ़ते हैं जी लेवियां 20:10 दे विच इस तरह लिखा है जी तुसी कहने एबार 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 ओके 20:10 अते ओ मनुख जे किसी होर मनुख दी बहुती नाल जारी करे तां जिसने अपने गुआंढी दी बहुती नाल जारी कीती यार अते यारनी जरूर वड़े जान वड़े जान उत्थे ते यीशु कोल ते यार नहीं लै आए सन ते यार तगड़ा होना है ना मां प्यो चौधरियां दा पुत्तर होना है कोई ते ओ नच के आना है। अच्छा हुण गल की है ये यूहन्ना 8:11 दे विच ओ जिहड़ी जना च औरत फड़ी गई ना ओ रेफरेंस है ठीक है उहनूं ठीक हाँ हाँ सो हुण चक्कर की है सवाल ये पैदा हो रहा है कि अगर ये होया तो तुसी तलाक दे सकते हो लेकिन खुदावंद यीशु मसीह ने Matthew 18:22 दे विच भी एक गल की है कि जे 7 दी 70 वार भी है कोई तेरा कसूर कर दे तो उन्हें माफ़ कर देना चाहिए है तो तलाक तक नौबत ना ही पहुँचे चंगा है वरना विआह तो कर ही नहीं सकते फिर। अच्छा एक इत्थे लिखा बाद च जां लिखा तुसी ओ डिवोर्स कर सकदे आ आहो डिवोर्स हो गया जां लीगली हो गया तो पता नहीं नहीं लीगली किस तरह हो गया वो लिखा यीशु ने कहा ना फिर तुसी उसनू त्याग सकदे आ त्याग सकदे ने दोबारा नहीं विआह कर सकदे उस जिन्नी अच्छा हुण इहदे देखो विआह कदों कर सकदे ने चलो पहला करंथियां 7:39 आयत दे मुताबिक जदों दोवां विचों एक मर जाए पहला करंथियां 7:39 हाँ 39 उदों कर सकते ने जदों दोए ठीक है डाइवोर्स हो गया विआह तो नहीं कर सकते जिंज लिखिया दा ते उदों कर सकते ने जदों दोवां विचों एक मर जाए देखो हाँ जी एक पहला करंथियां 7:39 दे विच लिखा है जिन्ना चिर उहदा पति जिउंदा रहे उन्ना चिर बंधन विच है पर जे उहदा पति मर जावे तां उह निर्बंध है जिहदे नाल चाहे विआह जिवें कर
ਵਿਆਹੀ ਜਾਵੇ ਪਰ ਕੇਵਲ ਪ੍ਰਭੂ ਵਿੱਚ। ਹਾਂਜੀ ਹਾਂਜੀ ਉਹ ਕਹਿੰਦੇ ਜਿੰਨਾ ਚਿਰ ਉਹਦਾ ਪਤੀ ਜਿੰਦਾ ਉਹਨਾਂ ਚਿਰ ਬੰਧਨ ਵਿੱਚ ਹੈ ਜਾਂ ਪਰ ਜਦੋਂ ਉਹ ਡਾਇਵੋਰਸ ਪੇਪਰ ਜਿੱਦਾਂ ਯਿਸੂ ਮਸੀਹ ਨੇ ਕਿਹਾ ਉਸਨੂੰ ਛੱਡ ਸਕਦਾ ਫਿਰ ਉਹ ਬੰਧਨ ਤੋਂ ਉਹ ਆਜ਼ਾਦ ਹੋ ਗਿਆ। ਇਹ ਹੈਗਾ ਨੋਰਮਲ ਹਾਲਤ ਦੇ ਵਿੱਚ ਹੋ ਗਿਆ ਨਾ ਇਹਦਾ। ਦੇਖੋ ਜੀ ਜਦੋਂ ਉਹਨਾਂ ਦਾ ਕਿਸੇ ਵੀ ਵਿਚਾਰ ਕਰਕੇ ਡਾਇਵੋਰਸ ਨਹੀਂ ਹੋਇਆ ਅਤੇ ਇਸ ਤਰ੍ਹਾਂ ਨਹੀਂ ਹੈਗਾ। ਨਹੀਂ ਇਹ ਦੇਖੋ ਜਦੋਂ ਡਾਇਵੋਰਸ ਦੇ ਬਾਰੇ 'ਚ ਹੀ ਸ਼ੁਰੂ ਤੋਂ ਅਸੀਂ ਬੜੀ ਵਰਸੇ ਦੇਖਿਆ ਨੇ ਉਹਨੂੰ ਘਿਣਨਾ ਆਉਂਦੀ ਹੈ। ਹਾਂਜੀ ਠੀਕ ਹੈ ਘਿਣਨਾ ਆਉਂਦੀ ਹੈ ਘਿਣਨਾ ਆਉਂਦੀ ਹੈ ਅਤੇ ਇਸ ਕੰਡੀਸ਼ਨ ਦੇ ਵਿੱਚ ਜਿਹੜੇ ਨੇ ਇਹ ਫਿਰ ਇੰਝ ਕਰਿਓ ਕਿ ਇਹਦੇ ਲਈ ਸਵਾਲ ਬੜੇ ਤਿਆਰ ਕਰਿਓ। ਹਾਂਜੀ ਉਹ ਤਾਂ ਠੀਕ ਹੈ ਕਰੀ ਜਾ ਰਿਹਾ ਫਿਲਹਾਲ ਇਹਨੂੰ ਥੋੜ੍ਹਾ ਜਿਹਾ ਹੈ ਕਰੀ ਜਾ ਰਿਹਾ। ਸੋ ਫਿਲਹਾਲ ਸਾਨੂੰ ਇਹ ਯੇ ਕਿ ਖੁਦਾਵੰਦ ਯਿਸੂ ਮਸੀਹ ਨੇ ਮੱਤੀ 19:9 ਦੇ ਵਿੱਚ ਇਹ ਜਿਹੜੀ ਸ਼ਰਤ ਦੱਸੀ ਹੈ ਹੈ ਇਹਦੇ ਲਈ ਅਤੇ ਜਿਹੜਾ ਅਸੂਲ ਇਹੀ ਹੈ ਕਿ ਅੱਛਾ ਚਲੋ ਜੀ ਫਰਜ਼ ਕੀਤਾ ਕਿ ਲੇਡੀ ਨੇ ਕਰ ਲਈ ਵਿਚਾਰ ਕਰ ਲਿਆ ਔਰ ਬੰਦੇ ਨੇ ਉਹਨੂੰ ਛੱਡ ਦਿੱਤਾ ਤਲਾਕ ਦੇ ਦਿੱਤੀ ਅਤੇ ਉਹ ਛੱਡੀ ਹੋਈ ਬੀਵੀ ਜਿਹੜੀ ਉਹਦੀ ਸੀ ਜਿਹੜੀ ਸ਼ਾਇਦ ਹੁਣ ਬੀਵੀ ਨਹੀਂ ਰਹੀ ਉਹਦੇ ਨਾਲ ਦੂਜਾ ਬੰਦਾ ਵਿਆਹ ਕਰੇਗਾ ਅਤੇ ਉਹ ਵੀ ਪਾਪ ਕਰੇਗਾ ਅਤੇ ਉਹ ਵੀ ਪਾਪ ਕਰੇਗੀ। ਸੋ ਲਿਹਾਜ਼ਾ ਇਹ ਵਰਸਿਸ ਦੇ ਵਿੱਚ ਤੁਸੀਂ ਜ਼ਰੂਰ ਇੱਕ ਘੜੀ ਫਿਰ ਪੜ੍ਹ ਦਿਓ 10:10-12 ਦੇ ਵਿੱਚ ਇੱਕ ਘੜੀ ਪੜ੍ਹ ਦਿਓ ਅਤੇ ਇਹਦੇ ਬਾਅਦ ਮੇਰਾ ਖਿਆਲ ਹੈ ਇਹਦੇ ਵਿੱਚ ਬੜੇ ਖੁੱਲ੍ਹ ਕੇ ਸਵਾਲ ਹੋਣੇ ਚਾਹੀਦੇ ਨੇ ਅਤੇ ਬਾਈਬਲ ਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕੋਈ ਐਸੀ ਵਰਸ ਨਹੀਂ ਗੀ ਕਿ ਡਾਇਵੋਰਸ ਤੋਂ ਬਾਅਦ ਦੋਏ ਵਿਆਹ ਕਰ ਸਕਦੇ ਨੇ। ਠੀਕ ਹੈ ਡਾਇਵੋਰਸ ਹੋ ਗਿਆ ਅਤੇ ਉਹ ਵੀ ਵਿਆਹ ਕਰ ਲਏ ਵੀ ਵਿਆਹ ਕਰ ਲਏ ਕੋਈ ਵਰਸ ਨਹੀਂ ਗੀ ਲੇਕਿਨ ਇਹ ਸਵਾਲਾਂ 'ਚ ਆਪਾਂ ਇਹਨਾਂ ਚੀਜ਼ਾਂ ਨੂੰ ਖੁੱਲ੍ਹ ਕੇ ਕਰਾਂਗੇ ਬਲਕਿ ਰਿਕੁਐਸਟ ਕਰ ਦਿਉ ਕਿ ਅਗਰ ਇਹਦੇ ਮੁਤਲਿਕ ਹੋਰ ਕੋਈ ਕਈਆਂ ਦੇ ਸਵਾਲ ਨੇ ਤਾਂ ਪਲੀਜ਼ ਕਿੱਥੇ ਕਰ ਦੇਣ। ਹਾਂਜੀ ਆਪਣੇ ਯੂਟਿਊਬ 'ਤੇ ਜੇ ਸੁਣ ਰਹੇ ਥੱਲੇ ਕਮੈਂਟਸ ਦੇ ਵਿੱਚ ਨਾ ਉੱਥੇ ਇਹ ਆਪਣੇ ਸਵਾਲ ਪਾ ਸਕਦੇ ਆ ਉੱਥੇ ਪਾ ਰਹੇ। ਹਾਂਜੀ ਜਾਂ ਉਹ ਕਿਹੜਾ ਤੁਸੀਂ ਦੱਸ ਦਿਓ ਜਾਂ ਉਹ info@punjabichurch.ca 'ਤੇ ਵੀ ਆਪਣੇ ਸਵਾਲ ਪਾ ਸਕਦੇ। info@punjabichurch.ca ਠੀਕ ਹੈ। ਸੋ ਇਹ ਦੇਖ ਲਓ ਇਹਨੂੰ ਇੱਕ ਵਾਰੀ ਫਿਰ ਪੜ੍ਹ ਲਓ ਅਤੇ ਫਿਰ ਇਹ ਅੱਗੇ ਸੋ ਘਿਣਨਾ ਆਉਂਦੀ ਹੈ ਔਰ ਜੇ ਸਹੀ ਵੀ ਕੇਸ ਹੋ ਗਿਆ ਜੇ ਬੰਦੇ ਨੇ ਬੰਦਾ ਵੀ ਕਿਸੇ ਨਾਲ ਕਰਦਾ ਗਲਤ ਕੰਮ ਵਿਚਾਰੀ ਜਾਂ ਔਰਤ ਕਰਦੀ ਹੈ ਤਾਂ ਠੀਕ ਹੈ ਡਾਇਵੋਰਸ ਤਾਂ ਹੋ ਗਿਆ ਲੇਕਿਨ ਵਿਆਹ ਦੀ ਦੁਬਾਰਾ ਵਿਆਹ ਦੀ ਕੋਈ ਵਰਸ ਨਹੀਂ ਗੀ ਲੇਕਿਨ ਐਨੀਵੇ ਇਹਨੂੰ ਫਿਰ ਪੜ੍ਹ ਦਿਓ। ਹਾਂਜੀ ਮਰਕਸ 10:12 10:12 ਮਰਕਸ ਕਿੰਨੀ ਦੀ ਮਰਕਸ ਚੈਪਟਰ 10 ਵਰਸ 10-12 ਓਕੇ ਜੀ 10:12 ਇਹਨੂੰ ਜ਼ਰਾ ਪੜ੍ਹ 10:10-12 ਤੁਸੀਂ ਕਿਹਾ ਫਿਰ ਘਰ ਵਿੱਚ ਚੇਲਿਆਂ ਨੇ ਇਸ ਗੱਲ ਦੇ ਵਿਖੇ ਫਿਰ ਉਸਨੂੰ ਪੁੱਛਿਆ ਤਾਂ ਉਸਨੇ ਉਸਨੂੰ ਆਖਿਆ ਜੋ ਕੋਈ ਆਪਣੀ ਤੀਵੀ ਨੂੰ ਤਿਆਗ ਦੇਵੇ ਅਤੇ ਇੱਥੇ ਕੋਈ ਕੰਡੀਸ਼ਨ ਨਹੀਂ ਬਈ ਤਿਆਗ ਦੇ ਦਿੱਤੀ ਬਣਦੀ ਨਹੀਂ ਬਣਦੀ ਪਾਪ ਹੋਇਆ ਜਾਂ ਨਹੀਂ ਹੋਇਆ ਇਸ ਲਈ ਇਹ ਸਵਾਲ ਅੱਗੇ ਖੁੱਲ੍ਹ ਕੇ ਕਰਾਂਗੇ ਅਤੇ ਫਿਰ ਕੀ ਹੈ ਤਿਆਗ ਦੇਵੇ ਅਤੇ ਦੂਈ ਨਾਲ ਵਿਆਹ ਕਰੇ ਹਾਂ ਉਹ ਉਸ ਦੇ ਵਿਰੁੱਧ ਜਨਾਹ ਕਰਦਾ ਹੈ। ਅੱਛਾ ਹਾਂਜੀ ਅਤੇ ਜੇ ਉਹ ਆਪਣੇ ਪ੍ਰਥਾ ਨੂੰ ਤਿਆਗ ਕੇ ਦੂਏ ਨਾਲ ਵਿਆਹ ਕਰੇ ਤਾਂ ਉਹ ਜਨਾਹ ਕਰਦੀ ਹੈ। ਹੁਣ ਦੇਖੋ ਇਹ ਚੀਜ਼ਾਂ ਮੇਰੇ ਖਿਆਲ ਅੱਗੇ ਰੱਖ ਲਾਂਗੇ ਹੁਣ ਚੱਕਰ ਇਹ ਵੇ ਕਿ ਜੇ ਯਿਸੂ ਨੇ ਕਿਹਾ ਅਤੇ ਉਹਦੇ ਲਈ ਦੁਬਾਰਾ ਵਿਆਹ ਦੀ ਜਿਹੜੀ ਗੱਲ ਹੈ ਉਹਦੇ ਲਈ ਕੋਈ ਵਰਸਿਸ ਕੋਈ ਹੈ ਨੇ ਤਾਂ ਫਿਰ ਕਰ ਲਾਂਗੇ ਆਪਣਾ ਖਿਆਲ ਤਾਂ ਨਹੀਂ ਠੀਕ ਹੈ। ਸੋ ਇਹ ਬਿਹਤਰ ਹੈ ਬਲਕਿ ਜਿਹੜੇ ਸ਼ੁਰੂ ਤੋਂ ਇਹ ਜਿਹੜੀ ਵਿਆਹਤਾ ਜ਼ਿੰਦਗੀ ਦੇ ਜਿੰਨੀਆਂ ਵੀ ਸਟੱਡੀਜ਼ ਨੇ ਉਹ ਖੁੱਲ੍ਹ ਕੇ ਸਵਾਲ ਕਰਦੇ ਜਾਈਏ ਅੱਗੇ ਸਵਾਲਾਂ ਦਾ ਪੀਰੀਅਡ ਰੱਖ। ਹਾਂ ਬਿਲਕੁਲ ਜੀ ਹੈ ਕੀ ਗੱਲ ਹੈ ਦੱਸ। ਬਿਲਕੁਲ ਜੀ ਬਹੁਤ ਸਵਾਲ ਹੈਗੇ ਆ ਹਾਂ ਅੱਗੇ ਬਹੁਤ ਸਾਰੇ ਸਵਾਲ ਆਪਾਂ ਕਰਾਂਗੇ। ਇੱਥੇ ਇੱਕ ਪੁਆਇੰਟ ਬਣ ਗਿਆ ਨਾ ਹਾਂਜੀ ਕਿ ਯਿਸੂ ਨੇ ਕਿਹਾ ਅਤੇ ਫਿਰ ਲੋਕ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਉਹ ਕਿੱਥੇ ਲਿਖਿਆ ਕਿ ਕਰਨਾ ਚਾਹੀਦਾ
सो प्लीज़ सॉरी मैं तुम जी दस दू हाँ जी हाँ जी हाँ जी अपना यह इतने स्टडी अपनी यह टाइम भी काफ़ी हो गया इतने खत्म कर दिया हूँ अगे सवाल आप ये भी हाले भी कुछ ना कुछ अपना सवाल पूछ किए अगर बहुत सारे सवाल होर आवे केस बाई केस सिचुएशन हालात कहो जे हालात की हैं की करना की परमे वचन की दसदा है ना उस मुताबक अगर बहुत सारे सवाल आने अगर थोड़ू भी कोई जिस तरह मैं पहला आप है तुम सू गाइड कर मतलब अपने सवाल सू भेज सकते हैं थोड़े है ना और अपने जो भी अगर किसी गल के ना तुम नहीं सहमत थोड़े कोई होर वाइस असं भी अपने आप को करैक्ट करने लिए तैयार हाँ बिल्कुल जी गलत हाँ अगर थानू भी किसी गल के नाल साडे नाल नहीं सहमति लगती दसो बाइबल इस फलानी जगह लिखी हाँ तुसी बाइबल का हवाला देख के सानू भी दस सकते हैं और थोड़े सुझावों की थोड़े कॉमेंट्स की कदर कर कदर करते हैं और चाहते हैं कि तुसी जरूर तुसी इस तरह देवो हाँ जी आप इतने हम ठीक है खत्म करिए जी हाँ जी हाँ जी परमेश्वर पिता आपका शुक्र करते हैं आपके वचन के पिछों जो कुछ भी पढ़िया सुनिया सीख्या समझिया ओ साहब नू यीशु मसीह दे पवित्र लहू विच ढकदे आ तां कि चोर इस पर चोरी हेराखोरी ना कर सके और जो भी सुने वह बरकत पावे परमेश्वर पिता और ये सब कुछ मंगते हाँ आप दे खलौते पुत्र साढ़े मुक्तिदाता यीशु मसीह दे नाम